पंजाब में बेसहारा पशु सड़कों पर घूम रहे हैं, जिसके कारण सैकड़ों हादसे हो रहे हैं और किसानों की फसलों को भारी नुकसान पहुंच रहा है। वहीं किसान यूनियन लाखोवाल ने अब इसकी कमान संभाल ली है और सरकार को एक महीने का नोटिस दिया है। आज किसान यूनियन लाखोवाल के स्टेट प्रधान हरिंद्र सिंह लाखोवाल मोगा पहुंचे। यहां उन्होंने किसानों को लामबंद करते हुए कहा कि पिछली सरकारों ने इसकी ओर ध्यान नहीं दिया, हर रोज आवारा पशुओं के कारण एक्सीडेंट होते हैं और इसमें कीमती जाने चली जाती है। वही सरकार करोड़ों रुपए काउसेस इकट्ठा कर रही है। उन्होंने कहा कि इस समस्या का एक महीने के अंदर अंदर कोई इंतजाम किया जाए, वरना आवारा पशुओं और कुत्तों को पकड़कर जिला डिप्टी कमिश्नर दफ्तरों में छोड़ दिया जाएगा। किसान यूनियन लखोवाल की मीटिंग हुई है, ਉਹਦੇ ਵੀ ਸਾਡੇ ਜਿਹੜੇ ਕੁਛ ਮੰਗਾਂ ਅਸੀਂ ਪੰਜਾਬ ਸਰਕਾਰ ਨੂੰ ਦੇ ਕੇ ਆਏ ਸੀਗੇ, ਉਹ ਸਾਡੀਆਂ ਮੰਨੀਆਂ ਨਹੀਂ ਗਈਆਂ। ਉਹਨਾਂ ਨੇ 31 ਮਾਰਚ ਤੱਕ ਦਾ ਸਮਾਂ ਲਿਆ ਸੀ। ਉਹਦੇ 'ਚ ਮੇਨ ਮੰਗ ਸੀ ਆਵਾਰਾ ਡੰਗਰ ਅਤੇ ਪਾਲਤੂ ਡੰਗਰ ਜਿਹੜੇ ਸੜਕਾਂ 'ਤੇ ਤੁਰੇ ਫਿਰਦੇ ਆ। ਪਾਲਤੂ ਡੰਗਰ ਵੀ ਰੋਜ਼ ਜਿਹੜੇ ਆ ਉਹ ਸਾਡੇ ਦਰੱਖਤ ਜਿਹੜੇ ਅਸੀਂ ਲਾਉਂਦੇ ਹਾਂ ਖਰਾਬ ਕਰ ਰਹੇ ਆ, ਸੜਕਾਂ ਖਰਾਬ ਕਰਦੇ ਆ, ਆਵਾਰਾ ਡੰਗਰ ਸਾਡੀਆਂ ਜਿਹੜੀਆਂ ਉਹ ਸਾਡੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਆ। ਅਸੀਂ ਪਿਛਲੀਆਂ ਸਰਕਾਰਾਂ 'ਚ ਵੀ DC SDM ਦੇ ਦਫ਼ਤਰਾਂ 'ਚ ਡੰਗਰ ਛੱਡੇ ਸੀ, ਅਕਾਲੀ ਸਰਕਾਰ ਵੇਲੇ, ਕਾਂਗਰਸ ਸਰਕਾਰ ਵੇਲੇ, ਕੈਪਟਨ ਸਾਹਿਬ ਦੇ ਘਰੇ ਵੀ ਛੱਡ ਕੇ ਆਏ ਸੀ। ਹੁਣ ਅਸੀਂ ਇਹ ਸਰਕਾਰ ਨਾਲ ਵੀ ਵਾਅਦਾ ਕਰਕੇ ਇਹਨਾਂ ਨੇ ਸਾਡੇ ਨਾਲ ਕੀਤਾ ਸੀ, ਲਿਖਤੀ ਸਮਝੌਤਾ ਹੋਇਆ ਸੀ ਵੀ 31 ਮਾਰਚ ਤੱਕ ਡੰਗਰਾਂ ਦਾ ਪ੍ਰਬੰਧ ਕਰ ਦੇਵਾਂਗੇ, ਪਰ ਕੋਈ ਪ੍ਰਬੰਧ ਨਹੀਂ ਕੀਤਾ। ਵਿੱਚ ਅਸੀਂ ਦੇਖ ਲਿਆ ਪਟਿਆਲੇ ਕੋਲ, ਉੱਥੇ ਗੰਗੂਆਂ ਸਾਰੀਆਂ ਛੱਡ ਦੇਵਾਂਗੇ ਅਤੇ ਕੁੱਤਿਆਂ ਨੂੰ ਅਸੀਂ ਕਿਤੇ ਬਾਹਰ ਭੇਜ ਦਿਓ, ਕੁੱਤਿਆਂ ਦਾ ਇਲਾਜ ਵੀ ਕਰੋ, ਰੋਜ਼ ਸਾਡੇ ਬੱਚਿਆਂ ਨੂੰ ਵੱਢਦੇ ਆ, ਪਰ ਕੋਈ ਇਹ ਇਲਾਜ ਨਹੀਂ ਕੀਤਾ। ਅੱਜ ਅਸੀਂ ਵਾਰਨਿੰਗ ਦਿੱਤੀ ਆ ਬਈ 1 ਮਹੀਨੇ ਦੇ ਵਿੱਚ ਇਹਦਾ ਹੱਲ ਕਰੋ, ਨਹੀਂ ਤਾਂ ਅਸੀਂ ਫਿਰ ਤੁਹਾਡੇ ਦਫ਼ਤਰਾਂ 'ਚ SDM DC 'ਤੇ ਛੱਡਾਂਗੇ। ਦੂਸਰੀ ਸਾਡੀ DAP ਦੀ ਵੱਡੀ ਕਮੀ ਆ ਪੰਜਾਬ ਦੇ ਵਿੱਚ, ਉਹ ਕਹਿਣ ਆਇਆ ਵੀ ਸਾਡੀ ਫਸਲ ਸਿਰ 'ਤੇ ਆ ਗਈ, ਪਰ DAP ਚੋਰ ਬਜ਼ਾਰੀ ਹੋ ਰਹੀ ਆ, ਨਹੀਂ ਮਿਲਦਾ ਖਾਦ, ਉਹਨੂੰ DAP ਨੂੰ ਵੀ ਫੌਰੀ ਤੌਰ 'ਤੇ ਸਾਡਾ ਇੱਥੇ ਪਹੁੰਚਾਇਆ ਜਾਵੇ। ਜਿਹੜਾ ਕੋਈ ਸ਼ੈਲਰਾਂ ਦਾ ਮਸਲਾ, ਸ਼ੈਲਰਾਂ 'ਚ ਝੋਨਾ ਪਿਆ, ਉਹ ਚੁਕਾਈ ਨਹੀਂ ਹੋ ਰਹੀ, ਉਹ ਵੀ ਸੈਂਟਰ ਸਰਕਾਰ ਨਾਲ ਲੜ ਕੇ ਪੰਜਾਬ ਸਰ ਚੁਕਾਈ ਉਹਦੀ ਕਰਵਾਵੇ।